मम्मी हुण फिर इहदा इलाज की करांगे, आ ते बड़ी गल माड़ी आ इदां, हाँ ना इहदा इलाज साडे कोल होणा ही नहीं कोई। ओ की गल हो गई आ, तुसीं किहड़ी गल्लों भट्ठी दे दाणे वांगू भुज्जी जाण डिया जे? भुज्जणा ही आ, होर करना भी की आ। होया की आ? आ कल प्रीत पता नहीं उत्थे सोनू भाजी नूं की अपने कोलों गल्लां बणा के वध घट दस आई आ, ते ओह अपने घर लड़ाई पा के बैठे, ते जीतां दीदी दा हुणे फोन आया ते ओह खपन डई सी। लड़ाई तो पैनी ही जिहड़ा इहने कम कीता वा। तुहानूं वी पता लग गया वा? होर मैनूं पता नहीं आ, मेरी वखरी बेइज्जती कराई उत्थे इहने भाजी सामणे। हा हाए, आप सच्ची होण दी मारी ने पहलां पहलां सारियां दसतियां कि मेरे नाल इदां हुंदी मेरे नाल इदां हुंदी, अगले ने मेरी एक भी नहीं सुनी बाद च। ਤੁਸੀਂ ਸਾਡੇ ਨਾਲ ਗੱਲ ਤੇ ਕਰਦੇ ਘਰ ਆ ਕੇ? ਮੈਂ ਹੁਣ ਤੁਹਾਡੇ ਨਾਲ ਕੀ ਗੱਲ ਕਰਦਾ ਘਰ ਆ ਕੇ? ਹੈ ਵੇ, ਤੁਸੀਂ ਸਾਰੇ ਹੀ ਲੱਲੂ ਨਿਕਲੇ ਆ, ਤੁਹਾਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਕੀ ਕੀ ਗੱਲਾਂ ਉਹਦੇ ਨਾਲ ਕਰਦੀ ਰਹੀ ਆ। ਲੈ ਦੱਸ ਮੰਮੀ, ਸਾਨੂੰ ਕਿੱਥੋਂ ਪਤਾ ਲੱਗਣਾ ਸੀ? ਅਸੀਂ ਇਦਾਂ ਦੇ ਹੈਗੇ ਆ, ਅਸੀਂ ਤਾਂ ਗਏ ਸੀ ਉੱਥੇ ਪ੍ਰਾਹੁਣੇ ਬਣ ਕੇ, ਪਰ ਜਿਹੜੇ ਬੰਦੇ ਨੇ ਕਰਨੀਆਂ ਹੁੰਦੀਆਂ ਨਾ ਚਲਾਕੀਆਂ, ਉਹ ਵੇਲਾ ਘੜੀ ਭਾਲਦਾ ਵਾ ਕਿ ਮੈਨੂੰ ਕਿਹੜੇ ਵੇਲੇ ਮੌਕਾ ਮਿਲੇ ਤੇ ਮੈਂ ਦਾ ਘਾ ਲਾ ਲਵਾਂ ਆਪਣਾ, ਤੇ ਉਹ ਕੰਮ ਹੀ ਪ੍ਰੀਤ ਨੇ ਕੀਤਾ ਵਾ। ਉਹਨੂੰ ਹੱਥਾਂ 'ਚ ਲੈ ਲਿਆ ਕਿ ਨਹੀਂ ਆਪਣੇ? ਅਜੇ ਉਹ ਕਿਸੇ ਦੀ ਸੁਣਦਾ ਹੀ ਨਹੀਂ ਕੁੜੀ ਦੱਸਣ ਡਈ ਆ। ਹਾਏ, ਤੇ ਬੜੀ ਚਲਾਕ ਨਿਕਲੀ ਆ ਉੱਦਾਂ। ਹੈਂ, ਅਸੀਂ ਆਉਂਦੇ ਹਾਂ ਵੀ ਇਹਨੂੰ ਉਂਝ ਹੀ ਨਹੀਂ ਪਤਾ ਲੱਗਦਾ ਹੈਗਾ ਕੰਮ ਕਰਦਾ, ਇਹਦਾ ਦਿਮਾਗ ਮੋਟਾ, ਪਰ ਮੈਂ ਤਾਂ ਨਹੀਂ, ਇਹ ਤਾਂ ਸਾਰੇ ਨਾਲੋਂ ਜ਼ਿਆਦਾ ਚੁਸਤ ਆ। ਆਹੋ, ਪਤਾ ਨਹੀਂ ਲੱਗਦਾ ਉਹਨੂੰ, ਇਹੋ ਜਿਹੀਆਂ ਚਲਾਕੀਆਂ ਦਾ ਘਾ ਸਾਡੇ ਨਾਲ ਖੇਡਣ ਡੀ ਆ। ਮੌਕਾ ਸਾਂਭ ਲਿਆ ਅਗਲੀ ਨੇ ਵੇਲੇ ਨਾ ਜਾ ਕੇ, ਤੇ ਹੋਰ ਇਹ ਤੋਂ ਵੱਧ ਉਹਨੇ ਚਲਾਕ ਕੀ ਹੋਣਾ ਆ? ਸਾਨੂੰ ਤਾਂ ਸਾਰੇ ਟੱਬਰ ਨੂੰ ਬੁਰਿਆ ਬਣਾ ਤਾ ਉਹਨੇ, ਇਕੱਲੀ ਜਾਣੀ ਚੰਗੀ ਰਹਿ ਗਈ। ਸਿਰੇ ਦੀ ਚਲਾਕ ਆ ਸਿਰੇ ਦੀ, ਹੁਣ ਲੱਗ ਗਿਆ ਨਾ ਪਤਾ। ਮੈਂ ਤਾਂ ਇਹੋ ਸਮਝਦਾ ਰਿਹਾ ਹਾਂ ਜਿੱਦਾਂ ਤੂੰ ਮੈਨੂੰ ਫੋਨ ਤੇ ਦੱਸਦੀ ਨਹੀਂ, ਮੈਂ ਤਾਂ ਬਈ ਇਹੋ ਸਮਝਦਾ ਰਿਹਾ ਕਿ ਬਈ ਬੇਵਕੂਫੀਆਂ ਕਰਦੀ ਆ, ਪਰ ਵਾਕਈ ਇਹ ਬੇਵਕੂਫੀਆਂ ਨਹੀਂ ਕਰਦੀ ਤੇ ਚਲਾਕੀਆਂ ਕਰਦੀ ਆ। ਤੇ ਖੇਡ ਗਈ ਨਾ ਅਗਲੀ ਚਲਾਕੀ, ਚੰਗਿਆਂ ਭਲਿਆਂ ਨੂੰ ਮੂਰਖ ਬਣਾ ਗਈ ਆ। ਮੈਨੂੰ ਤਾਂ ਇਹ ਆਉਣ ਡਿਆ ਵਾ ਕਿ ਭਾਜੀ ਨਾਲ ਸਾਡਾ ਰਿਸ਼ਤਾ ਵੇਲਾ ਪਿਛਲੇ 7-8 ਸਾਲ ਤੋਂ ਚੱਲਦਾ ਆਉਣ ਡਿਆ, ਕਦੀ ਸਾਡੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੋਈ, ਤੇ ਇਹ ਦੱਸਣ ਡਿਆ ਕਹਿੰਦਾ ਵੀ ਭਾਜੀ ਨੇ ਤਾਂ ਮੈਨੂੰ ਬੋਲਣ ਹੀ ਨਹੀਂ ਦਿੱਤਾ ਅੱਗੋਂ। ਬੋਲਣ ਉਹਨੇ ਕੀ ਦੇਣਾ ਆ, ਉਹਨਾਂ ਦੀ ਤਾਂ ਘਰ 'ਚ ਕਦੀ ਕੋਈ ਗੱਲ ਹੀ ਨਹੀਂ ਚੰਗੀ ਮਾੜੀ ਹੋਈ ਦੋਵਾਂ ਜੀਆਂ ਦੀ। ਸਮਝ ਨਹੀਂ ਲੱਗਣ ਡੀ ਕੀ ਬਣ ਡਿਆ ਵਾ, ਆਈਏ ਸਾਡੇ ਘਰ ਵਾ, ਪਵਾੜੇ ਵੇਲਾ ਸਾਡੇ ਭੈਣ ਦੇ ਘਰ ਵੀ ਪੈਣੇ ਸ਼ੁਰੂ ਹੋ ਗਏ ਆ। ਚੁੱਪ ਕਰੋ, ਹੁਣ ਤੁਸੀਂ ਸਾਰੇ ਜਾਣੇ ਹੁਣ ਉੱਥੇ ਕੱਪੜੇ ਧੋਣ ਡਈ ਆ, ਜੇ ਉਹਦੇ ਕੰਨੀ ਆਵਾਜ਼ ਪੈ ਗਈ ਉਹਨੇ ਤਾਂ ਹੁਣੇ ਇੱਥੇ ਆ ਕੇ ਮੇਲਾ ਲਾ ਕੇ ਬਹਿ ਜਾਣਾ ਆ। ਮੈਨੂੰ ਇੱਕ ਗੱਲ ਦੀ ਨਹੀਂ ਸਮਝ ਲੱਗੀ, ਭਾਜੀ ਨਾਲ ਗੱਲ ਕੀਤੀ ਪ੍ਰੀਤ ਨੇ, ਤੇ ਭਾਜੀ ਨੇ ਮੈਨੂੰ ਸਾਈਡ ਤੇ ਖੜ ਕੇ ਮੇਰੇ ਨਾਲ ਗੱਲ ਕੀਤੀ ਵੀ ਇਸ ਗੱਲ ਦਾ ਰੌਲਾ ਨਾ ਪਵੇ, ਪਰ ਇਹ ਗੱਲ ਦਾ ਜੀਤਾਂ ਨੂੰ ਕਿੱਦਾਂ ਪਤਾ ਲੱਗ ਗਿਆ? ਉਹ ਤੇ ਕੱਲ ਜਦੋਂ ਜੀਤਾ ਦੀਦੀ ਦੇ ਲਾਗੇ ਮੈਂ ਬੈਠੀ ਨਾ, ਤੇ ਉਹਨੇ ਹੀ ਗੱਲ ਛੇੜ ਲਈ ਵੀ ਅਸੀਂ ਜਦੋਂ ਦੇ ਇਹਨਾਂ ਨੂੰ ਸਮਝਾ ਕੇ ਆਏ ਹਾਂ ਪ੍ਰੀਤ ਨੇ ਕੋਈ ਬਾਅਦ 'ਚੋਂ ਗੱਲਬਾਤ ਤਾਂ ਨਹੀਂ ਕੀਤੀ, ਤੇ ਉਹ ਸਰਸਰੀ ਤੌਰ 'ਤੇ ਮੈਂ ਉਹਨੂੰ ਸਾਰੀਆਂ ਗੱਲਾਂ ਦੱਸਤੀਆਂ ਵੀ ਇੱਦਾਂ ਇੱਦਾਂ ਘਰ ਦੇ ਵਿੱਚ ਆਹ ਆਹ ਗੱਲਾਂ ਬਾਤਾਂ ਹੋਈਆਂ ਵਾ, ਤੇ ਹੋ ਸਕਦਾ ਜੀਤਾ ਦੀਦੀ ਨੇ ਉਹ ਗੱਲਾਂ ਸੋਨੂੰ ਭਾਅ ਜੀ ਨਾਲ ਕੀਤੀਆਂ ਹੋਣ ਜਿਹਦੇ ਕਰਕੇ ਉਹਨਾਂ ਦੀ ਲੜਾਈ ਹੋ ਗਈ ਹੋਵੇ, ਕਿਉਂਕਿ ਪ੍ਰੀਤ ਵੀ ਆਪਣੀਆਂ ਘਰ ਆਈ। ਤੇ ਸੰਦੀਪ, ਤੇਰਾ ਦਿਮਾਗ ਖਰਾਬ ਆ, ਉਹ ਤੈਨੂੰ ਕੀ ਲੋੜ ਪਈ ਸੀ ਉਹਦੇ ਨਾਲ ਇਹ ਗੱਲਾਂ ਕਰਨ ਦੀ? ਲੜਾਈ ਦੀ ਅਸਲੀ ਵਜ੍ਹਾ ਹੀ ਤੂੰ ਆ, ਉਹਨਾਂ ਦੋਵਾਂ ਦੇ ਵਿੱਚ ਜਿਹੜੀ ਲੜਾਈ ਪਈ ਆ ਨਾ ਸੰਦੀਪ, ਮੈਂ ਤਾਂ ਕਹਿੰਦਾ ਪਈ ਤੇਰੇ ਕਰਕੇ ਆ। ਉਹ ਐਵੇਂ ਨਾ ਭਾਬੀ ਦੇ ਦੁਆਲੇ ਹੋਈ ਜਾ ਹੁਣ ਤੂੰ, ਭਾਬੀ ਦਾ ਕਰਕੇ ਕਾਹ ਤੋਂ ਪਈ ਆ? ਪਹਿਲਾਂ ਤਾਂ ਗੱਲ ਪ੍ਰੀਤ ਨੇ ਕੀਤੀ ਆ ਉੱਥੇ, ਭਾਬੀ ਨੇ ਤਾਂ ਸਰਸਰੀ ਆਮ ਤੌਰ ਤੇ ਗੱਲਾਂ ਕੀਤੀਆਂ ਜਿਹੜੀਆਂ ਚੱਲ ਕਰ ਹੀ ਲਈਦੀਆਂ ਘਰਾਂ ਦੀਆਂ। ਯਾਰ, ਪ੍ਰੀਤ ਨੇ ਗੱਲ ਕਰ ਲਈ, ਉਹ ਤੋਂ ਬਾਅਦ ਵਿੱਚ ਸੋਨੂੰ ਭਾਜੀ ਨੇ ਵੀ ਤੇਰੇ ਨਾਲ ਸਾਈਡ ਤੇ ਹੋ ਕੇ ਗੱਲ ਕੀਤੀ, ਸਿਆਣਪੋਂ ਖਾਲੀ ਉਹਨੇ, ਪਰ ਇਹਨੇ ਉਹਦੇ ਨਾਲ ਕੀਤੀ ਜਾ ਕੇ ਜੀਤਾਂ ਦੇ ਨਾਲ, ਜੇ ਨਾ ਜੀਤਾਂ ਨਾਲ ਗੱਲ ਕਰਦੀ ਆਪੇ ਦੋਵਾਂ ਜਣਿਆਂ ਦੇ ਵਿੱਚ ਗੱਲ ਨਾ ਛੇੜਦੀ। ਤੇ ਮੈਂ ਕਿਹੜੀ ਉਹਨੂੰ ਸਪੈਸ਼ਲ ਗੱਲ ਕੀਤੀ ਆ, ਉਹ ਤੇ ਮੈਨੂੰ ਦੀਦੀ ਨੇ ਪੁੱਛਿਆ, ਮੈਂ ਕਹਿਣ ਤੇ ਡਈ ਆ ਕਿ ਸਰਸਰੀ ਤੌਰ ਤੇ ਘਰ ਦੀਆਂ ਗੱਲਾਂ ਆਮ ਆਪਾਂ ਕਰ ਹੀ ਲੈਂਦੇ ਆ ਇੱਕ ਦੂਜੇ ਦੇ ਨਾਲ, ਤੇ ਮੈਂ ਦੱਸੀਆਂ ਬਸ ਇਹਦੀਆਂ ਇਹੋ ਵੀ ਆ ਇੱਦਾਂ ਇੱਦਾਂ ਕਰਦੀ ਰਹਿੰਦੀ ਆ। ਮੰਮੀ, ਪਤਾ ਮੈਨੂੰ ਸਰਸਰੀ ਜਿੰਨੀਆਂ ਕੁ ਗੱਲਾਂ ਹੁੰਦੀਆਂ ਵਾ, ਕੋਈ ਸਰਸਰੀ ਦੇ ਉੱਤੇ ਰਹਿੰਦਾ? ਹੁਣ ਤੂੰ ਕਹੀ ਜਾਂਦੀ ਸਰਸਰੀ ਕੀਤੀਆਂ ਵਾ, ਜਦੋਂ ਪਤਾ ਲੱਗਦਾ ਉੱਥੇ ਕੀ ਹੁੰਦਾ? ਚੁਗਲੀ ਵੇਹ ਦੇ ਨਾਲ ਯਾਰ ਗੱਲ ਨਹੀਂ ਕੀਤੀ ਉੱਥੇ। ਚੁਗਲੀ ਉਹਨੇ ਕਾਹਦੀ ਕਰਨੀ, ਤੂੰ ਇੰਨਾ ਨਾ ਗਰਮੋ, ਬੈਠਿਆ ਬੈਠਿਆ ਕਈ ਗੱਲਾਂ ਪਤਾ ਹੋ ਹੀ ਜਾਂਦੀਆਂ। ਨਾਲੇ ਅੱਜ ਦੇ ਦਿਨਾਂ ਤੱਕ ਕਿੰਨੀਆਂ ਕੁ ਚੁਗਲੀਆਂ ਕੀਤੀਆਂ ਭਾਬੀ ਨੇ? ਮੇਰੀ ਗੱਲ ਸੁਣੋ ਮੰਮੀ, ਤੁਸੀਂ ਮੈਨੂੰ ਦੱਸੋ ਮੈਂ ਕਦੀ ਗਰਮ ਹੋਇਆ ਅੱਗੇ? ਮੈਂ ਤਾਂ ਇਹ ਕਹਿੰਦਾ ਕਿ ਬਚੇ ਰਹੋ ਸਾਰੇ ਜਾਣੇ, ਬਚੇ ਰਹੋ, ਮੈਂ ਤਾਂ ਇਹਨੂੰ ਇਹੋ ਗੱਲ ਸਮਝਾਉਂਦਾ ਵਾਂ। ਮੈਂ ਤਾਂ ਇਹਨੂੰ ਜਾਣ ਤੋਂ ਪਹਿਲਾਂ ਮੈਨੂੰ ਕਹਿੰਦਾ ਮੈਂ ਜਾ ਕੇ ਇਹ ਗੱਲ ਕਰਨੀ ਕਰਨੀ ਆ ਸੋਨੂੰ ਭਾਜੀ ਨਾਲ, ਮੈਂ ਸਭ ਇਹਨੂੰ ਆਪ ਆਖਣਿਆ ਤੂੰ ਨਾ ਗੱਲ ਕਰੀ ਕੋਈ ਗੱਲ ਨਹੀਂ, ਨਿਆਣ ਸਿਆਣਾ ਨੂੰ ਸਮਝ ਲੱਗ ਜਾਣੀ ਆ, ਮੈਨੂੰ ਕਿ ਪਤਾ ਜਾ ਕੇ ਸਿਆਪਾ ਇਹਨੇ ਉੱਥੇ ਪਾ ਦੇਣਾ ਵਾ। ਹੱਦ ਕਰਦੇ ਆ ਤੁਸੀਂ ਤੇ, ਜਾਣ ਬੁੱਝ ਕੇ ਮੈਂ ਤੇਲ ਜਾਮ ਲਾਈ ਜਾਂਦੇ ਜੇ ਕਿ ਮੈਂ ਉੱਥੇ ਜਾ ਕੇ ਚੁਗਲੀਆਂ ਕਰਕੇ ਆਈ ਹਾਂ, ਮੈਂ ਪਵਾੜਾ ਪਾ ਕੇ ਆਈ ਹਾਂ, ਮੈਂ ਜਿਹੜੀ ਕਰਨ ਡਈ ਇਹ ਕੰਮ ਉਹਨੂੰ ਤਾਂ ਤੁਹਾਡੇ ਕੋਲ ਕੁਛ ਕਿਹਾ ਨਹੀਂ ਜਾਂਦਾ। ਸੰਦੀਪ, ਜਦੋਂ ਵੇਲਾ ਆਊਗਾ ਨਾ ਉਹਨੂੰ ਕਹਿਣ ਦਾ, ਉਹਨੂੰ ਵੀ ਮੈਂ ਕਹਿ ਲੂੰਗਾ, ਮੈਂ ਗੱਲ ਕਰਨੀ ਹੁੰਦੀ ਆ ਸਾਫ਼ ਸੁਥਰੀ ਤੇ ਸਿੱਧੀ, ਭਾਵੇਂ ਲੱਗੇ ਕਿਸੇ ਨੂੰ ਗੁੱਸਾ। ਮੰਮੀ, ਮੇਰੀ ਗੱਲ ਸੁਣ ਲਓ, ਜਦੋਂ ਤੱਕ ਇਹ ਘਰ ਵਿੱਚ ਇਕੱਲੀ ਸੀ ਨਾ ਬੜੀ ਚੰਗੀ ਬਣ ਕੇ ਰਹੀ ਆ, ਮੰਨਦਾ ਮੈਂ ਇਸ ਗੱਲ ਨੂੰ, ਤੇ ਤੁਸੀਂ ਸਾਰੇ ਜਾਣੇ ਕਦਰ ਵੀ ਕਰਦੇ ਜੇ ਤੇ ਮੈਂ ਵੀ ਕਰਦਾ ਵਾਂ ਇਸ ਗੱਲ ਦੀ ਕਦਰ, ਪਰ ਹੁਣ ਆ ਗਈ ਆ ਤੇਰੀ ਦਰਾਣੀ। ਹਾਏ ਹਾਏ, ਇਹ ਕਾਹਤੋਂ ਲੜਨ ਡਏ ਆ?
संदीप मन या ना मन शरीका चालू हो जाता वा मम्मी ते ऐडी गल नहीं हैगी कि तू बड़ी पदरी रही होवेगी। हां हां 10 ਸਾਲਾਂ ਦਾ ਤਾਂ ਮੈਂ ਬੜੀ ਪਦਰੀ ਰਹੀ ਆ ਆ ਹੁਣ ਹੀ ਆ 5-6 ਮਹੀਨੇ ਦੇ ਵਿੱਚ ਮੈਂ ਖਰਾਬ ਹੋ ਗਈ ਆ। ਚੱਲ ਕਵਲ ਚੁੱਪ ਕਰ ਕਿਉਂ ਤੂੰ ਕੁੜੀ ਦੇ ਦਿਵਾਲੇ ਹੋ ਗਿਆ ਮੈਂ ਆਪੇ ਸਾਰੇ ਕੰਮ ਕਰ ਲੂੰਗੀ ਐਵੇਂ ਜਾਣ ਕੇ ਇਹਨਾਂ ਨੂੰ ਤੇਰੇ ਦਿਵਾਲੇ ਹੋਣਾ ਹੁੰਦਾ ਵਾ ਇਹਨਾਂ ਨੂੰ ਹੋਰ ਕੋਈ ਨਹੀਂ ਨਾ ਲੱਭਦਾ ਜਾਣ ਕੇ ਗੱਲ ਵਧਾਈ ਜਾਣ ਡਿਆ ਹੁਣ ਹੈ ਇਹ ਭਾਬੀ ਚੰਗੀ ਸੀ ਤਾਂ ਹੁਣ ਤੱਕ ਨਿਭ ਗਈ ਆ ਸਾਰੇ ਜਾਣੇ ਇਕੱਠੇ ਆ ਜੇ ਉਹੋ ਜੀ ਹੁੰਦੀ ਨਾ ਤੇ ਤੈਨੂੰ ਲੈ ਕੇ ਟਾਈਮ ਨਾਲ ਸਾਈਡ ਤੇ ਅੱਡ ਹੋ ਜਾਂਦੀ। ਉਹ ਤੇਰੇ ਨਾਲ ਕੀ ਸ਼ਰੀਕਾ ਕਰਦੀ ਉਹ ਦੱਸ ਮੈਨੂੰ ਬਹੁਤ ਤੂੰ ਇੱਥੇ ਕਰੋੜਾਂ ਰੁਪਈਆ ਕਮਾਉਣ ਦੇ ਆ ਆਪਾਂ ਕਿਸੇ ਅੱਡ ਕਰ ਲੈਂਦੀ ਯਾਰ ਕਰਨ ਵਾਲੇ ਕਰ ਲੈਂਦੇ ਆ ਬਥੇਰਾ ਕੁਝ ਕਰ ਲੈਂਦੇ ਐਵੇਂ ਨਾ ਹੁਣ ਇਦਾਂ ਦੀਆਂ ਗੱਲਾਂ ਕਰੀ ਜਾ। ਉਹ ਜਾ ਯਾਰ ਤੂੰ ਵੀ ਦਿਮਾਗ ਛੱਡ ਲੈਣਾ ਹੁੰਦਾ ਵਾ ਤੈਨੂੰ ਮੈਂ ਚੰਗਾ ਭਲਾ ਆਖਿਆ ਵੀ ਨਾ ਜਾ ਕੇ ਗੱਲ ਕਰੀ ਇੱਥੇ ਤੇਰੀ ਜੇ ਨਾ ਕਿਸੇ ਥਾਂ ਦਿੱਤੇ ਉਹਨੇ ਸੁਣ ਲਈ ਹੋਣੀ ਆ ਜਾ ਕੇ ਉਹਨੇ ਕਰ ਦਿੱਤੀ ਹੁਣ ਮੂੰਹ ਬਣਾ ਕੇ ਬੈਠੇ ਜੇ ਪੁੱਛ ਲੈਣਾ ਮੈਂ ਵੀ ਉਹਨੂੰ ਸੁਣ ਲਈਆ ਤੇ ਪੁੱਛ ਲੈਣਾ ਕਰ ਲੈਣਾ ਲਾਜ ਉਹਦਾ ਮੈਂ ਮੈਨੂੰ ਹੁੰਦਾ ਹੱਲ ਕਰਨਾ ਕੀ ਕਰੇ ਸਾਰਾ ਟੱਬਰ ਸੱਚੀ ਲਾਨੀ ਬਹਿ ਜਾਂਦਾ ਨਿੱਗੀ ਜੀ ਗੱਲ ਤੋਂ। ਅਜੇ ਤਾਂ ਤੁਹਾਡਾ ਜਵਾਈ ਤੁਹਾਡੀ ਧੀ ਨਾਲ ਹੀ ਲੜਿਆ ਵਾ ਅਤੇ ਇੰਨਾ ਰੌਲਾ ਪੈਣ ਡਿਆ ਨਾ ਅਜੇ ਤਾਂ ਤੁਹਾਨੂੰ ਛਿੱਤਰ ਮਰਵਾਉਣੇ ਆ ਤੁਹਾਡੇ ਜਵਾਈ ਕੋ ਅਤੇ ਬਾਅਦ 'ਚੋਂ ਤੁਹਾਨੂੰ ਲੜ ਲੜ ਕੇ ਮਰਦਾ ਵੇਖਣਾ ਮੈਂ ਵੇਖਿਓ ਸਹੀ ਤੁਸੀਂ ਮੈਨੂੰ ਛਿੱਤਰ ਮਰਵਾਏ ਸੀ ਨਾ ਵੇਖਿਓ ਹੁਣ ਮੈਂ ਤੁਹਾਡਾ ਕੀ ਬਣਾਉਂਦੀ ਹਾਂ ਅਜੇ ਤੇਲ ਵੇਖੋ ਅਤੇ ਤੇਲ ਦੀ ਧਾਰ ਵੇਖੋ। तू जे दस जीता दे नाल गल कीती ही ते तू पूरी गल कर दी तू अद्धी अधूरी उहदे नाल गल करके आई आ उहनां दे घर लड़ाई पै गई। जे तू दसना है जीता नूं ते फिर ए वी दस दी कि विकी दी ते प्रीत दी आपो उहदे विच लड़ाई होई आ हत्थों पाई भी होए आ तू अद्धी गल लुकाती उहनां दोवां जीआं दी लड़ाई हो गई उत्थे। ओ मैं ते तां नहीं उहनूं सारी गल दसी मैं कहिणा वी कुड़ी विचारी टेंशन लऊगी कि पता नहीं इहनां दे घर किन्नी क कले हुंदी होणी आ की बणदा होऊगा ਅਸੀਂ ਤੇ ਜਿਹੜੇ ਇੱਥੇ ਰਹਿੰਦੇ ਅਸੀਂ ਤੇ ਗੱਲ ਨੂੰ ਸੰਭਾਲ ਲੈਂਦੇ ਹਾਂ ਤਾਂ ਕਰਕੇ ਮੈਂ ਉਹਨੂੰ ਇਹ ਨਹੀਂ ਦੱਸਿਆ ਕਿ ਇੱਦਾਂ ਕਰਕੇ ਇਹਨੇ ਹੱਥੋਂ ਪਾਈ ਹੋਈ ਇਹ ਤੇ ਫਿਰ ਨਤੀਜਾ ਵੇਖ ਲਿਆ ਆਪਣੀ ਲਾਪਰਵਾਹੀ ਦਾ। ਮੈਨੂੰ ਥੋੜ੍ਹੀ ਇਹ ਪਤਾ ਸੀ ਕਿ ਇਹ ਵੀ ਉੱਥੇ ਉਹਦੇ ਕੰਨ ਭਰ ਕੇ ਆਈ ਹੋਣੀ ਆ ਇਹ ਗੱਲ ਦਾ ਤਾਂ ਕਿਸੇ ਨੇ ਸੋਚਿਆ ਨਹੀਂ ਕਿ ਇਹ ਭਾਜੀ ਨੂੰ ਸਾਰੀਆਂ ਗੱਲਾਂ ਦੱਸ ਕੇ ਆਊਗੀ ਆਪਣੀ ਇਹਨੇ ਕੋਈ ਗੱਲ ਨਹੀਂ ਦੱਸਣੀ ਤੇ ਇਹਨੇ ਇਹੋ ਦੱਸ ਦੇਣਾ ਕਿ ਵਿੱਕੀ ਨੇ ਮੇਰੇ ਤੇ ਹੱਥ ਚੁੱਕਿਆ ਤੇ ਤਾਈਓ ਤੇ ਆਖਣ ਡਿਆ ਮੈਂ ਕਿ ਆਪਣੇ ਆਪ ਨੂੰ ਜ਼ਿਆਦਾ ਚਲਾਕ ਨਹੀਂ ਸਮਝੀਦਾ ਹੁੰਦਾ ਹਰ ਇੱਕ ਜਾਣੇ ਇੱਥੇ ਚਲਾਕੀਆਂ ਕਰਦਾ ਵਾ। ਬਾਬਾ ਮੈਂ ਕਿੱਥੇ ਚਲਾਕ ਸਮਝਣ ਨਹੀਂ ਆ ਤੁਸੀਂ ਤੇ ਮੇਰੀ ਗੱਲ ਪੁੱਠੀ ਲੈਂਦੇ ਹਰ ਵਾਰੀ ਮੈਂ ਤਾਂ ਨਹੀਂ ਉਹੀਓ ਕਹਿਣ ਦੀ ਗੱਲ ਦੀ ਕਿ ਉਹ ਸਰਸਰੀ ਗੱਲਾਂ ਛਿੜੀਆਂ ਤੇ ਉਹਨੇ ਮੈਨੂੰ ਪੁੱਛ ਲਿਆ ਤੇ ਮੈਂ ਉਹਨੂੰ ਦੱਸ ਬੈਠੀ ਫਿਰ ਮੈਂ ਕੀ ਕਹਿੰਦੀ ਉਹਨੂੰ ਦੱਸੋ ਕੀ ਕਹਿੰਦੀ ਉਹਨੂੰ ਕੋਈ ਗੱਲ ਨਹੀਂ ਹੋਈ ਬਾਅਦ ਵਿੱਚ ਘਰ ਦੇ ਵਿੱਚ ਬਾਅਦ ਵਿੱਚ ਵੀ ਤੇ ਪਤਾ ਲੱਗਣਾ ਹੀ ਉਹਨੂੰ ਫਿਰ ਤੈਨੂੰ ਤਾਂ ਕਹਿਣ ਦੇ ਆ ਕਿ ਉਹਨੂੰ ਦੱਸ ਦਿੰਦੀ ਕਿ ਲੜਾਈ ਵੀ ਹੋਈ ਦੋਵਾਂ ਜੀਆਂ ਦੇ ਵਿੱਚ ਹੱਥੋਂ ਪਾਈ ਹੋਏ ਦੋਵੇਂ ਮੈਂ ਜ਼ਿਆਦਾ ਸਵਾਦ ਨਹੀਂ ਲਏ ਜਿੱਦਾਂ ਤੁਸੀਂ ਕਹਿੰਦੇ ਆ ਬਸ ਮੈਂ ਮਾੜੀ ਮੋਟੀ ਗੱਲ ਹੀ ਦੱਸੀ ਕਿ ਇੱਦਾਂ ਇਹ ਕਰਦੀ ਆ ਤੁਹਾਡੇ ਜਨਾਨੀਆਂ ਦੇ ਨਾਲ ਤੇ ਕੋਈ ਵੀ ਵਾਰੇ ਨਹੀਂ ਆ ਸਕਦਾ ਆਵੇ ਹੁਣ ਉਹ ਘਰ ਇੱਥੋਂ ਚੱਲ ਜਾ ਤੇ ਮੈਨੂੰ ਵੀ ਜਾ ਲਾਂਦੇ ਇਹ ਨਾ ਹੋਏ ਮੇਰੇ ਕੋਲ ਹੋਰ ਕੋਈ ਵੱਧ ਘੱਟ ਸੁਣ ਲਈ ਆਪਣਾ ਵੀ ਮੂਡ ਖਰਾਬ ਕਰੇਗੀ ਤੇ ਮੇਰਾ ਵੀ ਕਰੇਗੀ ਜਾ ਚੱਲ ਜਾ। ਵਿੱਕੀ ਚੱਲ ਯਾਰ ਮੈਨੂੰ ਛੱਡ ਕੇ ਆ ਮੈਂ ਤਾਂ ਕਹਿਣ ਡਿਆ ਰਹਿ ਲਊਗਾ ਇੱਕ ਅੱਧੀ ਦਿਹਾੜੀ ਹੋਰ ਕੀ ਫਰਕ ਪੈ ਚੱਲਿਆ ਵਾ ਉਹ ਤੂੰ ਕੀ ਕਰਵਾਉਣਾ ਮੇਰੇ ਕੋਲ ਇੱਕ ਅੱਧੀ ਦਿਹਾੜੀ ਹੋਰ ਰਖਵਾ ਕੇ ਇੱਕੋ ਹੀ ਗੱਲ ਕਰੀ ਜਾਂਦਾ ਵਾ ਵਾਰ ਵਾਰ ਕੰਮ ਤੇ ਚੱਲੀਏ ਗਾਂ ਜਾ ਕੇ ਕੋਈ ਕੰਮ ਕਾਰ ਕਰੀਏ ਕੋਈ ਪੈਸਾ ਕਮਾਈਏ। ਚੱਲ ਠੀਕ ਆ ਬਾਬਾ ਛੱਡ ਉਹਨਾਂ ਗੁੱਸੇ ਕਾ ਧੋਂਦੇ ਜੇ ਨਾਲੇ ਉਹ ਭਾਬੀ ਨਾਲ ਹੋਈ ਸੋਲਾ ਸਫਾਈ ਕਿ ਜਾਂ ਅੱਜ ਵੀ ਨਾਰਾਜ਼ਗੀ ਆ ਉਹ ਸੋਲਾ ਸਫਾਈ ਆ ਯਾਰ ਉਹਦੇ ਨਾਲ ਦੱਸ ਉਹਦੇ ਨਾਲ ਕਿਹੜੀ ਮੇਰੀ ਡਾਂਗ ਖੜਕੀ ਆ ਤੇ ਸੱਚ ਗੱਲ ਕਰਨੀ ਆ ਤੇਰੇ ਨਾਲ ਇੱਕ ਹੋਰ ਆ ਪ੍ਰੀਤ ਦੇ ਉੱਤੇ ਹੱਥ ਚੁੱਕਣ ਵਾਲਾ ਕੰਮ ਨਾ ਕਰਿਆ ਕਰ ਵਿੱਕੀ ਉਹਨੂੰ ਪਿਆਰ ਨਾਲ ਸਮਝਾ ਕੇ ਵੇਖ ਲਾ ਵੀਰ ਥੋੜ੍ਹਾ ਸਮਝਾਇਆ ਪਿਆਰ ਦੇ ਨਾਲ ਮੂੰਹ ਦੇ ਨਾਲ ਤਾਂ ਉਹਨੂੰ ਲੱਗਦੀ ਨਹੀਂ ਹੈਗੀ ਹਾਰ ਕੇ ਹੱਥ ਚੁੱਕਣਾ ਪੈਂਦਾ ਮੈਨੂੰ ਕੰਮ ਹੀ ਇਦਾਂ ਦੇ ਕਰਦੀ ਆ ਮੈਂ ਕਿਹੜਾ ਸੌਂਗ ਨੂੰ ਚੁੱਕਦਾ ਤੇ ਹੱਥ ਵੇਖ ਵਿੱਕੀ ਤੂੰ ਉਹਦੇ ਨਾਲ ਤਕੜਾ ਵਾਂ ਤੂੰ ਉਹਦੇ 'ਤੇ ਹੱਥ ਚੁੱਕ ਲੈਂਦਾ ਵਾਂ ਅਤੇ ਉਹ ਤੇਰੇ ਤੋਂ ਡਰਦੀ ਆ ਕਿਸੇ ਦਿਨ ਨੂੰ ਵਿੱਕੀ ਉਹਦਾ ਡਰ ਖਤਮ ਹੋ ਜਾਣਾ ਵਾ ਅਤੇ ਮੁੜ ਕੇ ਉਹਨੇ ਤੇਰੇ ਸਾਹਮਣੇ ਬੋਲਣ ਲੱਗ ਪੈਣਾ ਵਾ ਅਤੇ ਫਿਰ ਤੂੰ ਆਖਣਾ ਵਾ ਮੇਰੇ ਮੂੰਹ ਚੜ੍ਹ ਕੇ ਬੋਲਦੀ ਆ ਵੇਖ ਜਿਵੇਂ ਦਾ ਉਹਦਾ ਸੁਭਾਅ ਆ ਥੋੜ੍ਹਾ ਜਿਹਾ ਤੂੰ ਉਹਦੇ ਵਰਗਾ ਹੋ ਜਾ ਫਰਕ ਪਾ ਲਾ ਆਪਣੇ ਵਿੱਚ ਉਹਨੂੰ ਪਿਆਰ ਨਾ ਸਮਝਾ
कई बार बंदा जड़ा ना प्यार दी भाषा समझ जाता वा गुस्से दे नाल ते बंदा होर ज़्यादा चिड़दा जाता वा ते गल गांह दी गांह वधदी जांदी आ तैनूं लगदा वा कि मैं दबा के रखा उन्हूं लगदा वा कि मैं दब के रहना नहीं आ बस गल वधदी जांदी आ चल ठीक आ वीर जे तुसीं कहिंदे जे ना ते आ वी कम करके वेख लैने आ जिथे बाकी सारे हथ कंडे अपना के वेख लिया यह भी कर लैने आ ते इक होर सच मेन गल हुण इह आ कि अपने घर विच हुण पहलां वाला हिसाब किताब नहीं रहा बहुत कुछ बदल गया वा पिछले थोड़े जिहे टाइम दे विच तो हुण मैं ये सोचिया कि अहीं आपां घर विच जो भी कम करिया करना ना हुण तू ते मैं ही सलाह करिया करिए हुण इन्हां जनानियां दी कोल इनवॉल्वनेस ना होया करे वीर तू ते कहण डिया हाँ गल पर जिथे अगे अहीं सारिआं दी सलाह दे नाल कम करदे आ सारा परिवार सलाह करदा बह के हुण अहीं कल्ले करांगे तो उहनां नूं चंगा लगूगा इदां विक्की मैं मानदा यार उन्हां नूं चंगा नहीं लगना पर जिद्दां मैं तैनूं अगे आख्या कि बदल गया वा सारा कुछ वेख संदीप पहलां इत्थे घर दे विच कल्ली हुंदी सी ते घर दे बारे सोचदी सी पर हुण प्रीत दे आउण तों बाद विच उहदे मन विच वी शरीका बन गया वा जो मर्जी आ इह गल्लां जिहड़ियां पैदा हो ही जांदियां वा इह करके मैं ना आपां इहनां दी सलाह ना लिया करिए क्योंकि जिन्नी गल इहनां दे नाल करांगे कोई ना कोई गल दे विच रोक टोक ही पिया करनी आ आपां दोवें भरा सलाह कर लिया करांगे ते अपना कम कर लिया क्योंकि मैं नहीं चाहुंदा कि साढ़े दोवां भरावां दे विच वी किसे तरह की कोई दराड़ पवे साढ़े विच दराड़ पै गई ना तो कम ज़्यादा खराब होना वा इन्हां जनानियां दा की आ अज सवेरे लड़दियां ने शामां नूं फिर चंगियां भलियां तो अपने दोवां दे विच किसे तरह की फिक नहीं पैनी चाहीदी चल ठीक आ वीर जे तुसीं हाँ गल कही आ ना तो मेरी किसे भी गल दे विच प्रीत नहीं आऊगी अज तों बाद तो तुसीं भी भाभी नूं समझा दिओ कि वह भी ना आउण किसे भी सलाह दे विच जो भी सलाह करनी आ आपां दोवां कीती जिहड़ा भी कम करना आ अपनी सलाह दे नाल नहीं आऊगी संदीप बाकी लग ही जाना उहनूं पता अजे ते उहदी मेरी बोलचाल बंद आ यार बाकी कोई गल नहीं मैं फोन ते दस दूंगा उहनूं ना हो ते चल कोई गल नहीं हाँ चल मैनूं छड्ड आ फिर चलो फिर विक्की की गल आ तुसी मेरे नाराज जी ना नाराज तेरे नाल होवां ना केड़ी गल्लों तैनूं तां किसे गल दा जिद्दां पता ही नहीं हुंदा केड़ी गल्लों सच्ची मैनूं किसे गल दा नहीं पता दसो ते सही उसे गल्लों नाराज हाँ जिहड़ा तूं उत्थे काम करके आई आ मैं होर कौन मैं ते कोई काम भी नहीं कीता ना सारियां गल्लां तूं दस आई आ उत्थे आ गल्लां दसण वालियां सी भाजी नूं आप तू सची हो गई तो मैनू झूठिया करता ना अगले ने तेरिया सारिया सुन लिया मेरी एक भी नहीं सुनी अच्छा अच्छा भाजी जी तुसी गल करने आ तो होर के दी डियां कर हाए भाजी ने पता नहीं फिर की भुलेखा लगा होना मैं ते भाजी ने कोई इदां दी गल ही नहीं कीती बस मैं नॉर्मल जी गल कीती सी ते जां मैं इह कहता कि हासे मजाक दे विच विक्की ने मेरे दो चपेड़ां मार दित्तियां मैं ते होर कोई गल ही नहीं कीती ना ते मैं कोई वध चढ़ा के गल कीती उहनां नाल ना तूं तो वध चढ़ा के कीती नहीं ना तेरे करके उन्हां दोवां जीआं विच उत्थे लड़ाई होई इत्थे वीर ते भाबी विच लड़ाई होई जिन्हां दी अज तक कदी तूं तूं मैं मैं नहीं होई उह दोवें जणे इक दूजे नाल मूंह फलाक ते बैठे आ पर जिहड़ी मैं कहण डई मैं उन्हां नाल कोई इदां दी गल ही नहीं कीती फिर तुसीं एवें मेरे नाल गुस्सा करी जांदे जे इह गल दा ते फिर मैं गुस्सा कर ही सकदी आं ना पर मैं ते नहीं ना गुस्सा करन डई सगों मैं तुहानूं मनाउण डई आं तैनूं की लोड़ आ गुस्सा करन दी बेइज्जती तां साडे सारे टब्बर दी हो गई ना उहने कल्लियां मैनूं नहीं सारिआं नूं गल्लां कीतीआं आ भाजी ने जे तुहानूं मेरे ते नहीं ना यकीन ते हुणे ही भाजी नूं फोन लाओ हुणे दुध दा दुध ते पाणी दा पाणी होजूगा ते रही गल मेरी गल करन दी मैं सिर्फ भाजी नाल अपणियां गल्लां जां तुहाडियां गल्लां कीतीआं वा होर मैं कोई गल नहीं कीती भावें पुछ भी लो उहनां नूं ते बाकी सारियां गल्लां तुहाडी भाभी ने कीतीआं जितना दीदी दे नाल नहीं मेरे ते यकीन ते हुणे भाजी नूं फोन ला लो फिर तुसीं लाउंदे क्यों नहीं फोन उहनां दा ते नां कोई लैण ही नहीं डिया सारा नाम मेरा ही लाई जांदे जे कि तूं लड़ाई कराई इधर भी ते उधर भी ਤੁਸੀਂ ਮੈਨੂੰ ਤਾਂ ਸੂਰਵਾਰ ਠਹਿਰਾਈ ਜਾਂਦੇ ਜੇ ਆਪਣੀ ਭਾਬੀ ਨੂੰ ਤਾਂ ਕੁਛ ਵੀ ਨਹੀਂ ਜੇ ਕਹਿੰਦੇ ਭਾਬੀ ਨੂੰ ਮੈਂ ਕੀ ਕਹਾਂ ਤੂੰ ਨਾ ਕਰਦੀ ਭਾਜੀ ਨਾਲ ਗੱਲਾਂ ਇਹੋ ਜਿਹੀਆਂ ਤਾਂ ਕੋਈ ਗੱਲਬਾਤ ਵੀ ਨਹੀਂ ਹੋਣੀ ਮੈਨੂੰ ਤਾਂ ਉਂਝ ਹੀ ਇੱਦਾਂ ਲੱਗਦਾ ਵਾ ਕਿ ਭਾਜੀ ਨੂੰ ਤੁਹਾਡੀ ਤੇ ਕਿਸੇ ਗੱਲ ਦਾ ਗੁੱਸਾ ਹੋਣਾ ਵਾ ਜਿਹੜਾ ਉਹਨਾਂ ਨੇ ਉਬਾਲ ਤੁਹਾਡੇ ਤੇ ਸਾਰਿਆਂ ਤੇ ਕੱਢਿਆ ਜੇ ਸਾਡੇ ਤੇ ਕਿਹੜੀ ਗੱਲ ਦਾ ਗੁੱਸਾ ਦੱਸ ਅੱਜ ਤੱਕ ਤਾਂ ਭਾਜੀ ਨੂੰ ਸਾਡੇ ਤੇ ਕਿਸੇ ਗੱਲ ਦਾ ਗੁੱਸਾ ਆਇਆ ਨਹੀਂ ਕਿਤੇ ਭਾਜੀ ਹੁਣਾਂ ਦਾ ਤੁਹਾਡੇ ਨਾਲ ਪੈਸਿਆਂ ਦਾ ਰੌਲਾ ਪੱਤ ਨਹੀਂ ਹੈਗਾ ਉਹ ਦੱਸ ਪੈਸਿਆਂ ਦਾ ਤਾਂ ਹੱਥ ਆਧਾਰ ਬਣਿਆ ਹੀ ਆ ਭਾਜੀ ਨੇ ਬਥੇਰੀ ਵਾਰ ਸਾਡੀ ਹੈਲਪ ਕੀਤੀ ਆ ਪਰ ਆਪਾਂ ਵੀ ਮੋੜ ਦੇਈਦੇ ਆ ਟਾਈਮ ਨਾਲ ਆ ਐਰਕਾਂ ਵਿਆਹ ਦੇ ਉੱਤੇ ਜਿਹੜੇ ਉਹਨਾਂ ਨੇ ਪੈਸੇ ਦਿੱਤੇ ਸੀ
ਉਹ ਥੋੜੇ ਜਿਹਾ ਲੇਟ ਹੋ ਗਏ ਆ ਦੇਣ ਵਾਸਤੇ। ਬਸ ਫਿਰ ਕੁੰਡੀ ਇਹੀ ਹੋਈ ਹੈ ਜੇ, ਲੜਾਈ ਦੀ ਵਜ੍ਹਾ ਹੀ ਇਹ ਜੇ ਫਿਰ। ਉਹ ਨਹੀਂ ਨਹੀਂ ਇਹ ਗੱਲ ਨਹੀਂ ਹੋ ਸਕਦੀ, ਅਸੀਂ ਭਾਅ ਜੀ ਨੂੰ ਪਿਛਲੇ 7-8 ਸਾਲਾਂ ਤੋਂ ਜਾਣਦੇ ਹਾਂ, ਉਹ ਭਾਅ ਜੀ ਤਾਂ ਸਗੋਂ ਸਾਡਾ ਚਿਹਰਾ ਪੜ੍ਹ ਕੇ ਪੁੱਛ ਲੈਂਦੇ ਆ ਕਿ ਤੁਹਾਨੂੰ ਪੈਸਿਆਂ ਦੀ ਲੋੜ ਆ ਤਾਂ ਦੱਸੋ। ਤੁਸੀਂ 7-8 ਸਾਲਾਂ ਦੀ ਗੱਲ ਕਰਨ ਦੇ ਜੇ, ਲੋਕ ਤਾਂ ਘੜੀ ਦੇ ਵਿੱਚ ਬਦਲ ਜਾਂਦੇ ਆ, ਉਹ ਪੈਸਿਆਂ ਕਰਕੇ ਉਹਨੇ ਇੰਨੀ ਲੜਾਈ ਪਾਈ ਜੇ। ਉਦੋਂ ਸੀ ਨਵੀਂ ਨਵੀਂ ਰਿਸ਼ਤੇਦਾਰੀ, ਅਗਲੇ ਨੇ ਨੰਬਰ ਬਣਾਉਣ ਦੇ ਕਰਕੇ ਨਾ ਤੁਹਾਨੂੰ ਪੈਸੇ ਫੜਾ ਤੇ 2-3 ਵਾਰੀ, ਤੇ ਚੁੱਪ ਕਰਕੇ ਹੁਣ ਉਹਦੇ ਪੈਸੇ ਮੋੜੋ। ਹੁਣ ਅਗਲਾ ਕੀ ਆਖੇ ਕਿ ਮੇਰੇ ਪੈਸੇ ਨਹੀਂ ਫੜਾਉਣ ਦੇ। ਤੈਨੂੰ ਆਹ ਵਾਲੀਆਂ ਟੈਨਸ਼ਨਾਂ ਲੈਣ ਦੀ ਲੋੜ ਨਹੀਂ ਹੈਗੀ, ਕਿਹਦੇ ਦੇਣੇ ਆ ਤੇ ਕਿਹਦੇ ਨਹੀਂ ਦੇਣੇ, ਲੱਗੀ ਸਮਝ? ਨਾਲੇ ਇੱਕ ਗੱਲ ਹੋਰ, ਮੈਂ ਤੇ ਵੀਰ ਨੇ ਸਲਾਹ ਕੀਤੀ ਆ ਕਿ ਇਸ ਘਰ ਦੇ ਵਿੱਚ ਕੋਈ ਵੀ ਕੰਮ ਕਰਨਾ ਵਾ ਨਾ ਆਪਾਂ ਦੋਵਾਂ ਨੇ ਸਲਾਹ ਕਰਕੇ ਕਰਨਾ ਵਾ, ਜਨਾਨੀ ਸਾਡੇ ਕੰਮ ਦੇ ਵਿੱਚ ਨਹੀਂ ਆਊਗੀ, ਭਾਵੇਂ ਤੂੰ ਆ ਭਾਵੇਂ ਭਾਬੀ ਆ ਤੇ ਭਾਵੇਂ ਮੰਮੀ, ਕਿਸੇ ਦੀ ਦਖਲ ਅੰਦਾਜ਼ੀ ਨਹੀਂ ਹੋਊਗੀ ਸਾਡੀ ਕਿਸੇ ਵੀ ਸਲਾਹ ਦੇ ਵਿੱਚ, ਕਿਸੇ ਵੀ ਕੰਮ ਦੇ ਵਿੱਚ, ਲੱਗੀ ਸਮਝ? ਇਹ ਗੱਲ ਆਪਣੇ ਪੱਲੇ ਬੰਨ ਲਾ। ਮੈਂ ਵੀ ਉਹਨੂੰ ਕਹਿਤਾ ਵਾ ਕਿ ਪ੍ਰੀਤ ਅੱਜ ਤੋਂ ਬਾਅਦ ਕਿਸੇ ਵੀ ਕੰਮ 'ਚ ਦਖਲ ਅੰਦਾਜ਼ੀ ਨਹੀਂ ਕਰੂਗੀ। ਬਾਕੀ ਮੈਂ ਵੀ ਵੀਰ ਨੂੰ ਕਹਿਤਾ ਕਿ ਜਿਹੜੀ ਗੱਲ ਮੈਂ ਕਰ ਦੂੰਗਾ ਉਹ ਪੱਥਰ 'ਤੇ ਲਕੀਰ ਹੋਊਗੀ, ਪ੍ਰੀਤ ਵਿੱਚ ਬਿਲਕੁਲ ਹਿੱਸਾ ਨਹੀਂ ਲਊਗੀ, ਤੇ ਤੂੰ ਵਿੱਚ ਆਉਣਾ ਵੀ ਨਹੀਂ, ਲੱਗੀ ਸਮਝ? ਮੇਰੀ ਬੇਇੱਜ਼ਤੀ ਨਹੀਂ ਕਰਾਉਣੀ ਹੈਗੀ ਹੁਣ। ਨਾ ਨਾ ਵਿੱਕੀ, ਮੈਨੂੰ ਕੀ ਲੋੜ ਪਈ ਹੈ ਤੁਹਾਡੇ ਦੋਵਾਂ ਭਰਾਵਾਂ ਦੀ ਗੱਲ ਵਿੱਚ ਆਉਣ ਦੀ, ਮੈਂ ਤਾਂ ਸਾਈਡ 'ਤੇ ਹੀ ਚੰਗੀ ਹਾਂ। ਬਸ ਨਾ ਮੇਰੇ ਮਨ ਦੀ ਇੱਕੋ ਹੀ ਰੀਝ ਵਾ ਕਿ ਜੋ ਵੀ ਤੁਸੀਂ ਫੈਸਲਾ ਲੈਣਾ ਹੁੰਦਾ ਨਾ, ਬਸ ਇੱਕ ਵਾਰੀ ਮੇਰੇ ਨਾਲ ਮਾੜੀ ਜਿਹੀ ਗੱਲ ਕਰ ਲਿਆ ਕਰੋ, ਫਿਰ ਵੀ ਮੈਂ ਤੁਹਾਡੀ ਜੀਵਨ ਸਾਥੀ ਹਾਂ, ਤੁਹਾਡੇ ਨਾਲ ਵਿਆਹ ਕਰਾਇਆ। ਮੇਰੇ ਮਨ ਦੀ ਇੰਨੀ ਕੁ ਰੀਝ ਹੁੰਦੀ ਆ ਕਿ ਚੱਲ ਮੇਰਾ ਪਤੀ ਮੈਨੂੰ ਪੁੱਛ ਕੇ ਕੋਈ ਕੰਮ ਕਰਦਾ ਵਾ। ਹੈਂ, ਫਿਰ ਗੱਲ ਤਾਂ ਉਹੀ ਹੋ ਗਈ ਨਾ। ਉਹ ਗੱਲ ਇਹ ਥੋੜ੍ਹਾ ਹੋ ਗਈ, ਆਪਣੇ ਅੰਦਰ ਖਾਤੇ ਹੀ ਆ ਗੱਲ, ਤੁਸੀਂ ਬਾਹਰ ਜ਼ਰੂਰੀ ਦੱਸਣਾ ਕਿ ਮੈਂ ਪ੍ਰੀਤ ਨਾਲ ਕੋਈ ਗੱਲਬਾਤ ਕੀਤੀ ਆ। ਨਾ ਤੇਰਾ ਦਿਮਾਗ ਖਰਾਬ ਆ, ਮੈਂ ਤੇਰੇ ਨਾਲ ਕਿਉਂ ਗੱਲ ਕਰਿਆ ਕਰਾਂ? ਮੈਂ ਵੀਰ ਨੂੰ ਕਿਹਾ ਵਾ ਭਾਵੇਂ ਸਾਹਮਣੇ ਚਾਹੇ ਓਲੇ ਕੋਈ ਵੀ ਗੱਲ ਹੋਵੇ, ਮੇਰੀ ਗੱਲ ਦੇ ਵਿੱਚ ਤੂੰ ਨਹੀਂ ਆਉਂਗੀ। ਉਹ ਚੱਲ ਠੀਕ ਆ ਬਾਬਾ, ਨਹੀਂ ਦੱਸਣੀ ਹੁੰਦੀ ਕੋਈ ਗੱਲ ਤਾਂ ਨਾ ਦੱਸਿਆ ਕਰੋ, ਮੈਂ ਨਹੀਂ ਤੁਹਾਡੇ ਨਾਲ ਨਾਰਾਜ਼ ਹੁੰਦੀ, ਪਰ ਮੈਂ ਨਾ ਤੁਹਾਡੇ ਨਾਲ ਇੱਕੋ ਗੱਲ ਕਰਨਾ ਚਾਹੁੰਦੀ ਹਾਂ। ਹੈਂ, ਦੱਸ। ਬਸ ਨਾ ਤੁਸੀਂ ਮੇਰੇ ਨਾਲ ਗੁੱਸੇ ਨਾ ਹੋਇਆ ਕਰੋ, ਅਤੇ ਜੇ ਮੈਂ ਕੋਈ ਗੱਲ ਕਰੂੰਗੀ ਨਾ ਭਾਵੇਂ ਮੈਨੂੰ ਐਰ ਕੀ ਘਰੋਂ ਹੀ ਕੱਢ ਦਿਓ। ਵੇਖ ਲਾ ਕੰਮ ਮਹਿੰਗਾ ਪੈਣਾ ਤੈਨੂੰ। ਮੈਂ ਕਿਹਾ ਮਹਿੰਗਾ ਤਾਂ ਤਾਂ ਪਊਗਾ ਨਾ ਜੇ ਮੈਂ ਕੋਈ ਗੱਲ ਕਰੂੰਗੀ। ਚਲੋ ਵੇਖ ਲੈਂਦੇ ਹਾਂ ਫਿਰ। ਨਹੀਂ ਚੱਲ ਹੁਣ ਇੱਦਾਂ ਦਾ ਮੂੰਹ ਨਾ ਬਣਾ, ਤੇਰਾ ਨਹੀਂ ਉਹ ਮੈਨੂੰ ਮੂੰਹ ਇੱਦਾਂ ਦਾ ਬਣਿਆ ਚੰਗਾ ਲੱਗਦਾ, ਤੂੰ ਤਾਂ ਹੱਸਦੀ ਰਵੇ ਨਾ ਤਾਂ ਮੈਨੂੰ ਫੇਰ ਹੀ ਚੰਗੀ ਲੱਗਦੀ ਆ। ਆ ਜਾਣਾ ਉਹਦਾ ਸ਼ਾਮਾਂ ਨੂੰ ਫੋਨ, ਵੇਖੀ ਤਾਂ ਸਹੀ। ਮੰਮੀ, ਅੱਜ ਤੱਕ ਸਾਡੀ ਦੋਵਾਂ ਜੀਆਂ ਦੇ ਵਿੱਚ ਕਦੀ ਇੱਦਾਂ ਲੜਾਈ ਨਹੀਂ ਹੋਈ, ਨਾ ਉਹ ਮੇਰੇ ਨਾਲ ਕਦੀ ਗੁੱਸੇ ਹੋਏ ਆ। ਪਹਿਲਾ ਹੀ ਚਾਂਸ ਆ ਜਿਹੜਾ ਉਹ ਇੱਕ ਤਾਂ ਘਰੋਂ ਗਏ ਆ ਅਤੇ ਉਹ ਵੀ ਨਾਰਾਜ਼ ਹੋ ਕੇ, ਇੰਨਾ ਚਿਰ ਅਸੀਂ ਇਕੱਠਿਆਂ ਕੱਢ ਛੱਡੀ ਆ, ਤੁਹਾਨੂੰ ਤਾਂ ਪਤਾ ਹੀ ਆ ਕਿਤੇ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਇੱਕ ਦੂਜੇ ਨਾਲ ਕਿੱਦਾਂ ਲੜੀਦਾ ਆ ਜਾਂ ਨਾਰਾਜ਼ ਹੋਈਦਾ ਆ। ਮੈਨੂੰ ਤਾਂ ਬੜਾ ਹੀ ਹੋਰ ਤਰ੍ਹਾਂ ਹੋਣ ਡਿਆ ਆ, ਜੀ ਨਹੀਂ ਲੱਗਣ ਡਿਆ। ਤੂੰ ਸੰਦੀਪ ਹੋਰ ਤਰ੍ਹਾਂ ਨਾ ਕਰ, ਮੈਨੂੰ ਵੀ ਪਤਾ ਉਹਦੇ ਸੁਭਾਅ ਦਾ ਅਤੇ ਤੈਨੂੰ ਵੀ ਪਤਾ ਆ, ਥੋੜ੍ਹਾ ਚਿਰ ਹੀ ਉਹ ਗੁੱਸਾ ਮਨ 'ਚ ਰੱਖਦਾ ਹੁੰਦਾ ਆ, ਵੇਖਿਆ ਫਿਰ ਉਹ ਚਾਟੀ ਫਿਰ ਉੱਦਾਂ ਦਾ ਹੀ ਹੋ ਜਾਂਦਾ ਆ, ਅਤੇ ਤੂੰ ਇੱਦਾਂ ਦਾ ਹਾ ਮੂੰਹ ਬਣਾਉਣਾ ਜਿਹਾ ਛੱਡ ਦੇ, ਕੋਈ ਗੱਲ ਨਹੀਂ, ਵੇਖੀ ਸਹੀ ਤੂੰ। ਹੋਰ ਘੜੀ ਕੁ ਤੱਕ ਉਹਦਾ ਫੋਨ ਆਇਆ ਹੀ ਲੈ। ਆ ਇਹਦੇ ਇਕੱਲੀ ਕਰਕੇ ਘਰ ਦੇ ਵਿੱਚ ਵੇਲਾ ਸਾਰੇ ਜੀ ਲੜੀ ਜਾਣ ਡਏ ਆਪੋ ਵਿੱਚ, ਨਾ ਤਾਂ ਕਦੇ ਮੇਰੇ ਧੀ ਜਵਾਈ 'ਚ ਕੋਈ ਗੱਲ ਹੋਈ ਸੀ ਅਤੇ ਨਾ ਕਦੀ ਤੁਹਾਡੇ 'ਚ ਹੋਈ ਸੀ। ਮੰਮੀ, ਅਸੀਂ ਵਿੱਕੀ ਨੂੰ ਕਹਿ ਤਾਂ ਦਿੰਦੇ ਹਾਂ ਵੀ ਤੂੰ ਗਲਤ ਕੀਤਾ ਹੱਥ ਚੁੱਕ ਕੇ, ਤੇਰੇ ਵਾਸਤੇ ਚੰਗਾ ਨਹੀਂ ਆ, ਪਰ ਜੇ ਉਹ ਇੰਨਾ ਕੁ ਦਬਕਾ ਵੀ ਇਹਦੇ ਉੱਤੇ ਨਾ ਰੱਖੇ ਅਤੇ ਜਿੱਦਾਂ ਦਾ ਇਹਦਾ ਹਿਸਾਬ ਕਿਤਾਬ ਵਾ, ਹੁਣ ਨੂੰ ਤਾਂ ਇਹਨੇ ਸਾਨੂੰ ਸਾਰਿਆਂ ਨੂੰ ਘਰੋਂ ਕੱਢ ਦੇਣਾ ਸੀ। ਇਹ ਤਾਂ ਚਾਹੁੰਦੀ ਨਹੀਂ ਕਿ ਇੱਥੇ ਘਰ ਦੇ ਵਿੱਚ ਹੋਰ ਕੋਈ ਜੀ ਦਿਖੇ ਮੈਨੂੰ। ਜਿੱਦਾਂ ਦੀਆਂ ਇਹ ਚਲਾਕੀਆਂ ਵਰਤਣ ਰਹੀ ਹੈ ਨਾ, ਇਹਦਾ ਇਹ ਵੀ ਸੱਚ ਹੀ ਹੋ।